ਅੱਜ NGO ਫੈਮਿਲੀ ਨੇ ਸਵੱਛਤਾ 'ਤੇ ਜਿਹੜਾ ਕੈਂਪ ਲਾਇਆ ਸੀ ਉਸ ਵਿੱਚ ਰਾਜਕੁਮਾਰ ਜੀ ਵੀ ਸੀਗੇ। ਇਸ ਵਕਤ ਅਸੀਂ ਚੇਤਨ ਜੀ ਦੇ ਘਰ ਹਾਂ ਅਤੇ ਪਹਿਲਾਂ ਸੁਰਿੰਦਰ ਕੁਮਾਰ ਹੰਸ ਦੇ ਘਰ ਹੋ ਕੇ ਆਏ ਹਾਂ, ਫਿਰ ਉਸ ਤੋਂ ਬਾਅਦ ਕਾਕਾ ਜੀ ਦੇ ਜਾਣਾ ਅਤੇ ਅਸੀਂ ਬੱਚਿਆਂ ਨੂੰ ਪੁੱਛਦੇ ਹਾਂ ਜਿਹੜਾ ਐਜੂਕੇਸ਼ਨ ਕੰਸੈਪਟ ਆਇਆ ਜਿਹੜਾ NGO ਫੈਮਿਲੀ ਵੱਲੋਂ। ਰਾਜਕੁਮਾਰ ਜੀ ਕਾਫੀ ਸਾਲਾਂ ਤੋਂ ਫਰੀ ਓ ਕੋਸਟ ਸਟੱਡੀ ਕਰਵਾ ਰਹੇ ਆ, ਮੇਰੇ ਬੱਚੇ ਵੀ ਇਹਨਾਂ ਤੋਂ ਪੜ੍ਹੇ ਆ ਔਰ ਮੇਰੀ ਬੇਟੀ ਇੰਜੀਨੀਅਰ ਬਣੀ ਆ, ਕੋਈ ਸਾਡੇ ਤੋਂ ਪੈਸਾ ਚਾਰਜ ਨਹੀਂ ਕੀਤਾ ਇਹਨਾਂ ਨੇ। ਅਤੇ ਬੇਟਾ ਤੁਸੀਂ ਕੀ ਸਿੱਖਿਆ ਅੱਜ ਕੋਈ ਨਵਾਂ? ਅੰਕਲ ਜੀ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਟ੍ਰੀਟ ਕੀਤਾ, ਨਾਲ ਸਾਨੂੰ ਰੀਡਿੰਗ ਦੇ ਬਾਰੇ ਬਹੁਤ ਨੌਲੇਜ ਦਿੱਤੀ ਗਈ ਹੈ ਜੋ ਕਿ ਸਾਨੂੰ ਇੱਕ ਨੋਰਮਲ ਟੀਚਰ ਤੋਂ ਕਾਫੀ ਬੈਸਟ ਔਰ ਫਰੀ ਆਫ ਕੋਸਟ ਸਿਖਾਇਆ ਗਿਆ ਹੈ ਕਿ ਸਾਨੂੰ ਰੀਡਿੰਗ ਅਤੇ ਆਪਣੀ ਟੋਕ ਆਫ ਲੈਂਗੁਏਜ ਦੇ ਬਾਰੇ ਕਿੱਦਾਂ, ਬੋਡੀ ਲੈਂਗੁਏਜ ਵਗੈਰੇ ਸਾਰਾ ਕੁਝ ਦੱਸਿਆ ਗਿਆ ਹੈ। ਇਹਨਾਂ ਨੇ ਸਾਨੂੰ ਪੂਰੀ ਸਟੱਡੀ ਦਾ ਅੱਗੇ ਵਧਣ ਦਾ ਉਹ ਇੱਕ ਤਰੀਕਾ ਦੱਸਿਆ ਜਿਸ ਨਾਲ ਸਾਡੀ ਸਟੱਡੀ ਕਰਨ ਦਾ ਫੋਕਸ ਬਹੁਤ ਵਧੀਆ ਰਹੇਗਾ। ਥੈਂਕ ਯੂ। ਹਾਂ ਬੇਟੇ ਤੂੰ ਕੀ ਸਿੱਖਿਆ ਇਹਦੇ ਵਿੱਚੋਂ ਕੋਈ ਨਵਾਂ ਕੋਈ ਚੀਜ਼ ਜਿਹੜੀ? ਮੈਂ ਵੀ ਸਰ ਤੋਂ ਬਹੁਤ ਵਧੀਆ, ਜੋ ਚੀਜ਼ਾਂ ਸਾਨੂੰ ਨਹੀਂ ਸੀ ਪਤਾ, ਜਿਹੜੀ ਨੌਲੇਜ ਸਾਨੂੰ ਨਹੀਂ ਸੀ ਪਤਾ ਉਹ ਸਰ ਨੇ ਸਾਨੂੰ ਉਹ ਨੌਲੇਜ ਦਿੱਤੀ ਆ, ਅਤੇ ਸਾਨੂੰ ਟੀਚਰਸ ਨਾਲੋਂ ਵੀ ਵਧੀਆ ਸਰ ਨੇ ਗਾਈਡ ਕੀਤਾ ਆ, ਤਾਂ ਮੈਂ ਅੱਗੇ ਵੀ ਸਰ ਕੋਲੋਂ ਹੀ ਸਟੱਡੀ ਲੈਣਾ ਚਾਹੂੰਗੀ ਕਿ ਜੇ ਸਰ ਮੈਨੂੰ ਅੱਗੇ ਫਰੀ ਆਫ ਕੋਸਟ, ਜਿੱਦਾਂ ਉਹ ਆਪਣੀ NGO ਵੱਲੋਂ ਸਾਨੂੰ ਫਰੀ ਆਫ ਕੋਸਟ ਗਾਈਡ ਕਰਨ ਆਏ ਆ, ਤਾਂ ਮੈਨੂੰ ਬਹੁਤ ਵਧੀਆ ਲੱਗਾ। ਬੁੱਕਸ ਵੀ ਮਿਲੂਗੀਆਂ? ਹਾਂਜੀ, ਪਰ ਪੰਗਾ ਇਹ ਹੈ ਕਿ ਬੁੱਕਸ ਲੈਣ ਦਾ ਪੰਗਾ ਵੀ ਇੱਕ, ਜਿੱਦਣ ਤੁਸੀਂ ਕਮਾਉਣ ਲੱਗ ਗਏ ਸਾਨੂੰ ਵਾਪਸ ਕਰਨੀ ਆ। ਹਾਂਜੀ ਹਾਂਜੀ। ਥੈਂਕ ਯੂ, ਥੈਂਕ ਯੂ ਰਾਜਕੁਮਾਰ ਜੀ।